ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਪੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਹੋਰ ਅੱਕ ਤੇ ਥੱਕ ਚੁੱਕੇ ਐ, ਸਰੀਰ ਨੂੰ ਹੋਰ ਖਰਾਬ ਕਰ ਰਹੇ ਐ, ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਇਹ ਜਿਹੜਾ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗੱਗ ਹੈ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਬਰੇਟਾ ਵੀ ਹੈ, ਸੁਨਾਮ ਵੀ ਹੈ, ਤੇ ਲਹਿਰਾ ਗਾਗਾ ਵੀ ਹੈ, ਬੁਢਲਾਡਾ ਵੀ ਹੈ, ਇਹ ਨੇੜੇ ਸ਼ਹਿਰ ਨੇ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ, ਉਹ ਹੈ ਨੌਜਵਾਨਾਂ ਨਾਲ, ਅਧਖੜ ਉਮਰ ਵਾਲਿਆਂ ਨਾਲ, ਬਜ਼ੁਰਗਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਗੁਪਤ ਰੋਗ, ਲਿੰਗ ਦਾ, ਇੰਦਰੀ ਦਾ ਛੋਟਾਪਣ, ਪਤਲਾਪਣ, ਟੇਢਾਪਣ ਤੇ ਢਿੱਲਾਪਣ, ਇਹ 4 ਪ੍ਰੋਬਲਮਾਂ ਦੇ ਉੱਪਰ ਮੈਂ ਵੀਡੀਓ ਬਣਾਉਣ ਲੱਗਿਆ। ਭਾਵੇਂ ਦੇ ਕਿ ਸਾਡੇ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਛੁਪਾਉਣ ਕਰਕੇ ਸਾਡੇ ਨੌਜਵਾਨ ਬਹੁਤ ਆਤਮ ਹੱਤਿਆ ਵੱਲ ਚਲੇ ਗਏ, ਬਹੁਤ ਨੇ ਆਪਣੀ ਜ਼ਿੰਦਗੀ ਆਪਣੇ ਹੱਥੀਂ ਖਰਾਬ ਕਰ ਦਿੱਤੀ ਗਈ, ਬਰਬਾਦ ਹੋ ਗਏ ਪਰਿਵਾਰ, ਜਾਂ ਕਹਿ ਲਓ ਉਹਨਾਂ ਦੇ ਜਿੰਨੇ ਵਿਆਹ ਹੋਏ ਹੈ ਉਹਨਾਂ ਨੇ ਆਪਣੇ ਪਾਰਟਨਰ ਦਾ ਵੀ ਜ਼ਿੰਦਗੀ ਖਰਾਬ ਕਰ ਲਈ, ਆਪਦੀ ਵੀ ਖਰਾਬ ਕਰ ਲਈ, ਇਸ ਕਰਕੇ ਕਿ ਉਹ ਦੱਸ ਨਹੀਂ ਸਕੇ ਕਿਸੇ ਨੂੰ, ਇਹਨੂੰ ਇਹੋ ਜਿਹਾ ਰੋਗ ਬਣਾ ਦਿੱਤਾ ਵੀ ਗੁਪਤੀ ਰੱਖੋ। ਸੋ ਕਿਸੇ ਵੀ ਤੁਹਾਡਾ ਰੋਗ ਹੈ ਉਹਨੂੰ ਦੱਸਣ ਨਾਲ ਇਲਾਜ ਹੋਏਗਾ, ਬਿਨਾਂ ਦੱਸੇ ਤੋਂ ਕਿਸੇ ਚੀਜ਼ ਦਾ ਇਲਾਜ ਨਹੀਂ ਹੁੰਦਾ ਹੁੰਦਾ। ਔਰ ਸੰਗਣ ਦੀ ਕੋਈ ਲੋੜ ਨਹੀਂ, ਜਦੋਂ ਬਿਮਾਰੀ ਹੋਵੇ ਸੰਗਣ ਦੀ ਕੋਈ ਲੋੜ ਨਹੀਂ ਹੁੰਦੀ, ਤੁਸੀਂ ਖੁੱਲ੍ਹ ਕੇ ਆਪਣਾ ਰੋਗ ਦੱਸ ਸਕਦੇ ਹੋ। ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ, ਇਕੱਲੇ ਮਰੀਜ਼ਾਂ ਨੂੰ ਮਿਲਦਾ, ਕਿਸੇ ਤਰ੍ਹਾਂ ਦਾ ਕੋਈ ਸੰਗਤ ਦੇ ਵਿੱਚ ਨਹੀਂ, ਮੇਰੇ ਕੋਲ ਇਕੱਲਾ ਮਰੀਜ਼ ਅੰਦਰ ਆਉਂਦਾ, ਗੁਪਤ ਤੌਰ ਤੇ ਉਹਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ, ਗੁਪਤ ਤੌਰ ਤੇ ਅੰਦਰ ਆਉਂਦਾ, ਉਹਨੂੰ ਸਾਰੀ ਉਹਦੀ ਜਾਂਚ ਕਰਕੇ ਉਸ ਮੁਤਾਬਕ ਉਹਨੂੰ ਗਰੰਟੀ ਦੇ ਨਾਲ ਉਹਦਾ ਇਲਾਜ ਕੀਤਾ ਜਾਂਦਾ। ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ। ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ, ਨੌਜਵਾਨਾਂ ਦੇ ਜਿੰਨੇ ਵੀ ਰੋਗ ਨੇ, ਧਾਂਤ ਹੈ, ਸੁਪਨ ਦੋਸ਼ ਹੈ, ਟਾਈਮਿੰਗ ਦੀ ਦਿੱਕਤ ਹੈ, ਨਮਰਦੀ ਆ ਗਈ, ਬਿਲਕੁਲ ਅਕੜਾਪਣ ਨਹੀਂ ਆਉਂਦਾ ਲਿੰਗ ਦੇ ਵਿੱਚ, ਛੋਟਾਪਣ ਹੈ, ਪਤਲਾਪਣ ਹੈ, ਢਿੱਲਾਪਣ ਹੈ, ਸ਼ੁਕਰਾਣੂ ਬਿਲਕੁਲ ਡੈੱਡ ਹੋ ਗਏ ਹੈ, ਉਹਨਾਂ ਦਾ ਗਰੰਟੀ ਦੇ ਨਾਲ ਇਲਾਜ ਕੀਤਾ ਜਾਂਦਾ, ਸਟਾਮ ਪੇਪਰ ਤੇ ਗਰੰਟੀ ਲਿਖਾ ਕੇ ਲੈ ਸਕਦੇ ਹੋ, 10 ਲੱਖ ਤੱਕ ਦਾ ਨਾਮ ਦੇ ਸਕਦਾ ਮੈਂ। ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਸੋ ਅੱਜ ਜਿਹੜਾ ਮੈਂ ਵਿਸ਼ਾ ਤੁਹਾਨੂੰ ਪਹਿਲਾਂ ਦੱਸਿਆ, ਉਹ ਸ਼ਾਹੀ ਤਿੱਲਾ, ਜਿਹੜਾ ਰਾਜੇ ਮਹਾਰਾਜੇ ਸ਼ਾਹੀ ਵੈਦਾਂ ਤੋਂ ਤਿਆਰ ਕਰਾ ਕੇ ਆਪਣੇ ਲਿੰਗ ਵਾਸਤੇ ਵਰਤਦੇ ਸੀ, ਤਾਂ ਜੋ ਉਹ ਵੀ ਉਹਦੀਆਂ ਨਸਾਂ ਨੇ ਜਿਹੜੀਆਂ ਤਰੋ ਤਾਜ਼ਾ ਰਹਿਣ, ਉਹਦੇ ਵਾਸਤੇ ਤੁਸੀਂ ਤੇਲ ਘਰੇ ਬਣਾ ਸਕਦੇ ਹੋ। ਉਹ ਨੁਕਤਾ ਤੁਹਾਡੀ ਮੈਂ ਝੋਲੀ ਦੇ ਵਿੱਚ ਮਹਾਂਪੁਰਸ਼ਾਂ ਦਾ ਦੱਸਿਆ ਹੋਇਆ ਪਾਉਣ ਲੱਗੇ ਹਾਂ ਸਾਰਿਆਂ ਨਾਲੋਂ ਪਹਿਲਾਂ ਜਿਹੜੇ ਤੇਲ ਲੈਣੇ ਆ ਉਹ ਨੋਟ ਕਰ ਲਓ, ਬਦਾਮ ਦਾ ਤੇਲ ਲੈ ਲੈਣਾ ਜੀ, 50-50 ਗ੍ਰਾਮ ਲੈ ਲਓ, 50 ਗ੍ਰਾਮ ਬਦਾਮ ਦਾ ਤੇਲ, ਤਿਲਾਂ ਦਾ ਤੇਲ, ਜੈਤੂਨ ਦਾ ਤੇਲ, ਚਮੇਲੀ ਦਾ ਤੇਲ, ਧਤੂਰੇ ਦਾ ਵੀ ਤੇਲ, ਜੋਕ ਦਾ ਤੇਲ, ਅਰਿੰਡ ਦਾ ਤੇਲ, ਲਸੁਣ ਦਾ ਤੇਲ, ਇਹ ਸਾਰੇ ਤੇਲ ਲੈ ਲੈਣੇ ਆ। ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਇੱਕ ਕੜਾਹੀ ਦੇ ਵਿੱਚ ਜਾਂ ਇੱਕ ਬਰਤਨ ਦੇ ਵਿੱਚ, ਉਹਨੂੰ ਉਬਲਣਾ ਧਰ ਲੈਣਾ, ਜਦੋਂ ਉਬਾਲਾ ਆਉਣ ਲੱਗ ਗਿਆ ਤਾਂ ਉਹਦੇ ਵਿੱਚ ਕੁਝ ਜੜੀ ਬੂਟੀਆਂ ਲੈ ਕੇ ਜਿਹੜੀਆਂ ਤੁਸੀਂ ਪੀਸ ਕੇ ਪਾਣੀਆਂ ਨੇ ਉਹ ਨੋਟ ਕਰ ਲਓ, ਰੇਗ ਮਾਹੀ ਲੈਣੀ ਹੈ ਤੁਸੀਂ 10 ਗ੍ਰਾਮ, ਮਾਲ ਕੰਗਣੀ ਹੈ ਜਿਹੜੀ ਉਹ ਲੈਣੀ ਹੈ 10 ਗ੍ਰਾਮ, ਰਤਨ ਜੋਤ ਲੈਣਾ 10 ਗ੍ਰਾਮ, ਗੰਡੋਏ ਸੁੱਕੇ ਹੋਏ ਪੰਸਾਰੀਆਂ ਤੋਂ ਮਿਲ ਜਾਂਦੇ ਆ 10 ਗ੍ਰਾਮ, ਤੇ ਇਸੇ ਤਰ੍ਹਾਂ ਤੁਸੀਂ ਜੋਗ ਦਾ ਤੇਲ ਲੈ ਸਕਦੇ ਹੋ ਜਾਂ ਜੋਕਾਂ ਵੀ ਮਿਲ ਜਾਂਦੀਆਂ ਨੇ, ਵੈਸੇ ਤੁਸੀਂ ਜੋਗ ਦਾ ਤੇਲ ਪਾ ਲੈਣਾ ਤਾਂ ਜੋਕ ਪਾਉਣ ਦੀ ਲੋੜ ਨਹੀਂ ਪੈਂਦੀ। ਵੀਰ ਵਾਟੀ ਹੈ ਜਿਹੜੀ ਉਹ ਲੈਣੀ ਹੈ 10 ਗ੍ਰਾਮ, ਅਕਰਕਰਾ ਇਰਾਨੀ ਹੈ ਜਿਹੜਾ ਉਹ 10 ਗ੍ਰਾਮ,
ਮਗਾਂ ਨੇ ਜਿਹੜੀਆਂ ਉਹ 10 ਗ੍ਰਾਮ, ਜਲਵੈਤਰੀ ਹੈ ਜਿਹੜੀ ਉਹ 10 ਗ੍ਰਾਮ, ਲੌਂਗ 10 ਗ੍ਰਾਮ, ਦੇਸੀ ਕਪੂਰ ਭੀਮ ਸੈਨੀ 10 ਗ੍ਰਾਮ, ਤੇ ਇਸੇ ਤਰ੍ਹਾਂ ਤੁਸੀਂ ਲੈਣੀ ਹੈ ਹਿੰਗ ਸ਼ੁੱਧ 10 ਗ੍ਰਾਮ, ਕੇਸਰ 1 ਗ੍ਰਾਮ, ਜੈਫਲ 10 ਗ੍ਰਾਮ, ਜੁੰਦ 10 ਗ੍ਰਾਮ, ਤੇ ਕੁਚਲਾ 10 ਗ੍ਰਾਮ, ਪਿਸਤਾ 10 ਗ੍ਰਾਮ, ਧਤੂਰੇ ਦੇ ਬੀਜ 10 ਗ੍ਰਾਮ, ਕਸਤੂਰੀ ਹੈ ਜਿਹੜੀ ਉਹ ਅੱਧਾ ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਇਹਨਾਂ ਨੂੰ ਬਰੀਕ ਦਰੜ ਲੈਣਾ। ਜਦੋਂ ਤੇਲ ਸਾਰੇ ਮਿਕਸ ਕਰਕੇ ਉਬਾਲਾ ਆ ਗਿਆ, ਇਹ ਚੀਜ਼ਾਂ ਵਿੱਚ ਮਿਲਾ ਦੇਣੀਆਂ ਨੇ। ਚੰਗੀ ਤਰ੍ਹਾਂ ਉਬਾਲਾ ਦਵਾਲੋ। ਜਦੋਂ ਅੱਧਾ ਤੇਲ ਰਹਿ ਗਿਆ, ਜੇ 400 ਗ੍ਰਾਮ ਤੇਲ ਹੈ, 200 ਗ੍ਰਾਮ ਰਹਿ ਗਿਆ ਉਬਲ ਉਬਲ ਕੇ ਹਲਕੀ ਅੱਗ ਤੇ, ਤਾਂ ਉਹਨੂੰ ਉਤਾਰ ਕੇ ਇਦਾਂ ਹੀ 10 ਕੁ ਦਿਨ ਰੱਖ ਦੇਣਾ। ਉਦੋਂ ਬਾਅਦ ਇਹਨੂੰ ਪੁਣ ਕੇ ਇੱਕ ਸ਼ੀਸ਼ੀ 'ਚ ਪਾ ਲੈਣਾ। ਇਹਦੀਆਂ 15 ਤੋਂ 20 ਬੂੰਦਾਂ ਸਵੇਰੇ, 15 ਤੋਂ 20 ਬੂੰਦਾਂ ਸ਼ਾਮ ਨੂੰ ਲਿੰਗ ਦੇ ਉੱਪਰ ਮਾਲਿਸ਼ ਕਰਨੀ ਹੈ 10 ਮਿੰਟ, 2 ਘੰਟੇ। ਉਦੋਂ ਬਾਅਦ ਪਾਣੀ ਨਾ ਲੱਗੇ। ਮੈਂ ਗਰੰਟੀ ਨਾਲ, ਦਾਅਵੇ ਨਾਲ, ਸਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ। 1 ਮਹੀਨੇ ਦੇ ਵਿੱਚ ਜਿੱਡਾ ਮਰਜ਼ੀ ਲਿੰਗ ਦਾ ਛੋਟਾਪਣ ਹੈ, 1.5 ਇੰਚ ਲੰਬਾਈ ਇਸ ਤੇਲ ਦੇ ਨਾਲ ਲਿੰਗ ਦੀ ਵਧਦੀ ਹੈ, ਮੋਟਾਈ 1/2 ਇੰਚ, ਜਿੰਨਾ ਮਰਜ਼ੀ ਪਤਲਾਪਣ ਹੈ, ਟੇਢਾਪਣ ਹੈ, ਢਿੱਲਾਪਣ ਹੈ, ਇਹਨਾਂ ਚਾਰਾਂ ਪ੍ਰੋਬਲਮਾਂ ਨੂੰ 1 ਮਹੀਨੇ ਦੇ ਵਿੱਚ ਇਹ ਤੇਲ ਹੈ ਜਿਹੜਾ ਕਵਰ ਕਰ ਲੈਂਦਾ ਹੈ। 2 ਮਹੀਨੇ ਇਸ ਤੇਲ ਨੂੰ ਵਰਤ ਲਓ। ਮੈਂ ਦਾਅਵੇ ਨਾਲ ਕਹਿੰਦਾ, ਗਰੰਟੀ ਨਾਲ ਕਹਿੰਦਾ, ਤੁਹਾਨੂੰ ਛੋਟਾਪਣ, ਪਤਲਾਪਣ, ਢਿੱਲਾਪਣ, ਟੇਢਾਪਣ ਇਹ ਸਮੱਸਿਆ ਨਹੀਂ ਰਹੇਗੀ। ਗਰੰਟੀ ਦੇ ਨਾਲ ਤੁਹਾਡਾ ਇਹ ਹੱਲ ਘਰ ਦੇ ਵਿੱਚ ਬੈਠਿਆਂ ਵੀ ਹੋ ਸਕਦਾ ਹੈ। ਬਾਕੀ ਹਰ ਐਤਵਾਰ ਨੂੰ ਡਸ ਕੇ ਪਿੰਡ ਦੇ ਵਿੱਚ ਆਪਾਂ ਇਹ ਦਵਾਈ ਬਣਾ ਕੇ ਦਿੰਦੇ ਹਾਂ, ਤੁਸੀਂ ਆ ਕੇ ਲਿਜਾ ਵੀ ਸਕਦੇ ਹੋ ਅਤੇ ਘਰੇ ਵੀ ਬਣਾ ਸਕਦੇ ਹੋ। ਬਾਕੀ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਰੀਜ਼ਾਂ ਨੂੰ ਮੈਂ ਮਿਲਦਾ। ਤੁਸੀਂ ਜਿਹੜੇ ਮਰਜ਼ੀ ਰੋਗ ਨਾਲ ਪੀੜਤ ਹੋ, ਕਿਤੋਂ ਠੀਕ ਨਹੀਂ ਹੋ ਰਹੇ, ਸਾਰੇ ਤਰ੍ਹਾਂ ਦੇ ਰੋਗਾਂ ਦਾ ਆਪਾਂ ਗਰੰਟੀ ਦੇ ਨਾਲ ਇਲਾਜ ਕਰਦੇ ਹਾਂ ਪਿੰਡ ਡਸਕੇ ਦੇ ਵਿੱਚ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਸੋ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ, ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ। ਸੋ ਤੁਹਾਡਾ ਸਭ ਦਾ ਧੰਨਵਾਦ ਦੁਬਾਰਾ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।